वारिस पंजाब दे जत्थेबंदी दे मुखी भाई अमृतपाल सिंह दे खिलाफ पंजाब पुलिस वल्लों वड्डी कार्रवाई कीती गई है, जिस दे मद्देनजर हालात नूं काबू रखण अते शरारती अंसरां दे नाल नजिठण लई पुलिस वल्लों सूबे भर दे विच चौकसी वधा दित्ती गई है, जिस दे संबंध विच एसएसपी खन्ना मनजीत कौंडल दी अगुवाई विच पुलिस अते पैरामिलिट्री फोर्स दीआं टुकड़ियां वल्लों समराला खेतर विच फ्लैग मार्च कढ़िया जा रहा है तां जो आम लोकां विच सुरक्षा अते अमन शांति दी भावना बनी रहे। ਅਸੀਂ ਸਵੇਰ ਦੇ ਹੀ ਪੂਰੇ ਖੰਨਾ ਪੁਲਿਸ ਡਿਸਟ੍ਰਿਕਟ 'ਚ ਫਲੈਗ ਮਾਰਚ ਕਰ ਰਹੇ, ਏਰੀਆ ਡੋਮੀਨੇਸ਼ਨ ਕਰ ਰਹੇ ਅਤੇ ਹੁਣ ਅਸੀਂ ਸਮਰਾਲਾ ਸਬ ਡਿਵੀਜ਼ਨ 'ਚ ਆਏ। ਇਹਦਾ ਪਰਪਸ ਹੈ ਕਿ ਅਸੀਂ ਆਪਣੇ ਸਾਰੇ ਸਿਟੀਜ਼ਨਸ ਨੂੰ ਇਹ ਅਸ਼ੋਰ ਕਰਨਾ ਚਾਹੁੰਦੇ ਹਾਂ ਕਿ ਸਾਡੇ ਜ਼ਿਲ੍ਹੇ 'ਚ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਧਰਨਾ ਨਹੀਂ ਲੱਗਿਆ ਹੋਇਆ, ਕੋਈ ਵੀ ਕ੍ਰਾਈਸਿਸ ਸਿਚੁਏਸ਼ਨ ਨਹੀਂ ਹੈ। ਔਰ ਜਿਹੜੇ ਵੀ ਮਾੜੇ ਅਨਸਰ ਹੈ ਜੋ ਕੋਸ਼ਿਸ਼ ਕਰਨਗੇ ਲਾਅ ਐਂਡ ਆਰਡਰ ਖਰਾਬ ਕਰਨ ਦੀ, ਅਸੀਂ ਉਹਨਾਂ 'ਤੇ ਇਮੀਡੀਏਟ ਐਕਸ਼ਨ ਲੈ ਰਹੇ, ਪ੍ਰੀਵੈਂਟਿਵ ਅਰੈਸਟ ਵੀ ਕਰ ਰਹੇ। ਔਰ ਤੁਹਾਡੇ ਮੀਡੀਅਮ ਦੇ ਰਾਹੀਂ ਮੈਂ ਪਬਲਿਕ ਨੂੰ ਵੀ ਅਪੀਲ ਕਰਨਾ ਚਾਹਾਂਗੀ ਕਿ ਕਿਸੇ ਵੀ ਅਫਵਾਹ ਨੂੰ ਬਿਲਕੁਲ ਬਿਲੀਵ ਨਾ ਕਰੋ, ਪੂਰੇ ਪੰਜਾਬ 'ਚ ਸਥਿਤੀ ਬਿਲਕੁਲ ਠੀਕ ਹੈ, ਪੰਜਾਬ ਪੁਲਿਸ ਪੂਰੀ ਪ੍ਰਿਪੇਅਰਡ ਹੈ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਨੂੰ ਡੀਲ ਕਰਨ ਲਈ। ਔਰ ਫੇਕ ਨਿਊਜ਼ ਨੂੰ ਬਿਲਕੁਲ ਵਿਸ਼ਵਾਸ ਨਾ ਕਰੋ, ਸਾਡੇ ਨਾਲ ਸੈਂਟਰ ਤੋਂ ਵੀ ਸਾਨੂੰ ਪੈਰਾਮਿਲਟਰੀ CAPF ਦੀ ਕੰਪਨੀ ਵੀ ਮਿਲੀ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਕ ITBP ਦੀ ਕੰਪਨੀ, ਅਤੇ ਸਾਨੂੰ ਆਪਣੇ ਹੈੱਡਕੁਆਰਟਰ ਤੋਂ ਵੀ ਦੋ ਕੰਪਨੀਜ਼ ਪੰਜਾਬ ਪੁਲਿਸ ਦੀ ਮਿਲੀ ਹੈ। ਕੁੱਲ ਮਿਲਾ ਕੇ ਅਸੀਂ ਅਰਾਊਂਡ 250 ਮੁਲਾਜ਼ਮ एरिया डोमिनेशन कर रहे हैं, एक कॉन्फिडेंस बिल्डिंग मेजर है। और अगेन मैं अपील करना चाहूंगी कि आई बीइंग SSP ऑफ खन्ना आई अश्योर यू कि पंजाब पुलिस पूरी रेडी है और पूरी एक्टिवली थोड़ी लॉ एंड ऑर्डर मेंटेन कर रही है। इस करके किसी भी गलत अफवाह ना तो बिलीव करो और ना ही अगे उन्होंने स्प्रेड करो फेक न्यूज। थैंक यू।